वाह जी वाह, बहुत ही सोहना दृश्य है। देखो जी, वाह जी वाह, हिमाचल प्रदेश का नजारा करो दर्शन जी। सामने ट्रक जा रहा, बॉडी बिल्डर साहब पिछे बैठे हुए, बंदर खा गया आज, मोड़े दे बंदर खा गया, दिखा आ देखो जी, ऊपर घूमन गए सीगे, थोड़ा जा पिछे होया भाखड़ा डैम ते उथे बंदर सीगे, ते बंदर कहंदा फिर आ जा, ते हुणे टीके लवा के ते हुण जा रहे हैं थले। वाह जी वाह, वाह जी वाह, सड़कां बड़ियां टेढ़ियां मेढ़ियां जी, पता नहीं लगता, बड़ा ध्यान रखना पैंदा। मेरा गियर तो जल्दी है, पर्ची रख दे है जा, तेरा 15 किलोमीटर का। वाह जी वाह, गुरजीत सिंह जी लाइव देख रहे हैं, लाइव आनंद ले रहे हैं, वाह जी वाह, और भी ठीक ठाक हो, चढ़ दी कला। हाँ देखो हिमाचल प्रदेश की पहाड़ियाँ, वाह जी वाह, आसमाना छूंदिया हुई, वाह।
ਇਧਰ ਰਸਤੇ ਬੜੇ ਟੱਡੇ ਮੱਡੇ ਆ ਪੱਕਾ ਡਰਾਈਵਰ ਮੇਰੇ ਵਰਗਾ ਹੀ ਕੰਮ ਕਰ ਸਕਦਾ ਇੱਥੇ ਵਾਹ ਜੀ ਵਾਹ ਵਾਹ ਜੀ ਵਾਹ ਗੁਰਜੀਤ ਸਿੰਘ ਜੀ ਲਿਖ ਰਹੇ ਨੇ ਵਾਹ ਜੀ ਵਾਹ ਕਮੈਂਟ ਕੀਤਾ ਉਹਨਾਂ ਨੇ ਹਾਂਜੀ ਕਦੀ ਆਓ ਤੇ ਇੱਧਰ ਜ਼ਰੂਰ ਗੇੜਾ ਮਾਰਿਓ ਬੜਾ ਆਨੰਦ ਆ ਜੀ ਦੇਖਿਆ ਸੜਕਾਂ ਟੇਢੀਆਂ ਮੇਢੀਆਂ ਇੱਥੋਂ ਹੁਣੇ ਪੱਥਰ ਡਿੱਗਿਆ ਸੀ ਅਤੇ ਉਹ ਸੈਟਿੰਗ ਕਰ ਰਹੇ ਆ ਕਿਉਂਕਿ ਇੱਥੇ ਇੱਧਰ ਪਤਾ ਨਹੀਂ ਲੱਗਦਾ ਕਦੋਂ ਵੀ ਉੱਤੋਂ ਪੱਥਰ ਡਿੱਗ ਸਕਦਾ ਇਹਦਾ ਵਾਹਿਗੁਰੂ ਦੇ ਆਸਰੇ ਆ ਬਸ ਵਾਹ ਜੀ ਵਾਹ ਵਾਹ ਜੀ ਵਾਹ ਛੋਟੇ ਛੋਟੇ ਘਰ ਬਣੇ ਹੋਏ ਆ ਮੇਨ ਸੜਕ 'ਤੇ ਬੜਾ ਹੀ ਆਨੰਦ ਆਉਂਦਾ ਜੀ ਦੇਖੋ ਜੀ ਇੱਦਾਂ ਦੇ ਮੋੜ ਆ ਪਤਾ ਨਹੀਂ ਲੱਗਦਾ ਗੱਡੀ ਕਦੋਂ ਆ ਰਹੀ ਅੱਗੋਂ ਦੀ ਅਤੇ ਬੜਾ ਸੰਭਾਲ ਕੇ ਚਲਾਉਣਾ ਪੈਂਦਾ ਇੱਧਰ ਨੈੱਟਵਰਕ ਥੋੜ੍ਹਾ ਜਿਹਾ ਡਾਊਨ ਹੋ ਜਾਂਦਾ ਕਿਉਂਕਿ ਪਹਾੜੀਆਂ ਏ ਚਾਰੇ ਪਾਸੇ ਅਤੇ ਉਹਦੇ ਕਰਕੇ ਥੋੜ੍ਹਾ ਮੋਟਾ ਪ੍ਰੋਬਲਮ ਹੋ ਜਾਂਦੀ ਆ ਨੈੱਟਵਰਕ ਦੀ ਉਹ ਮਾਫ਼ ਕਰਿਓ ਬਾਕੀ ਲਾਈਵ ਚੱਲ ਹੀ ਰਿਹਾ ਆਪ ਜੀ ਦਰਸ਼ਨ ਕਰ ਹੀ ਰਹੇ ਹੋ ਸੜਕਾਂ ਬਾਹਲੀਆਂ ਮੋੜ ਕੋਲ ਹੈ ਵਾਹ ਜੀ ਵਾਹ ਸਾਈਕਲ 'ਤੇ ਵੀ ਮੇਰੇ ਵੀਰ ਬਹੁਤ ਯਾਤਰਾ ਕਰਦੇ ਆ
ਤੇਜ ਸਿੰਘ ਜੀ ਵੀ ਦੇਖ ਰਹੇ ਆ ਜੀ। ਹਾਂਜੀ ਗੁਰਜੀਤ ਸਿੰਘ ਨੇ ਲਿਖਿਆ ਵੈਰੀ ਡੇਂਜਰਸ ਰਾਈਡ। ਇੱਧਰ ਵੀਰ ਜੀ ਰਾਈਡਾਂ ਇੱਦਾਂ ਹੀ ਚੱਲਦੀਆਂ ਫਿਰ, ਅਤੇ ਥੋੜ੍ਹਾ ਜਿਹਾ ਔਖਾ ਹੀ ਆ ਕੰਮ, ਪਰ ਡਰਾਈਵ ਬੜੀ ਸਲੋ ਅਤੇ ਦੇਖ ਕੇ ਅੱਗੇ ਪਿੱਛੇ ਚਲਾਉਣੀ ਪੈਂਦੀ ਕਿਉਂਕਿ ਪਤਾ ਨਹੀਂ ਲੱਗਦਾ ਗੱਡੀ ਕਿੱਧਰੋਂ ਆ ਰਹੀ ਆ। ਅਤੇ ਭਾਈ ਸਾਹਿਬ ਭਾਈ ਗੁਰਤੇਜ ਸਿੰਘ ਵੀ ਦੇਖ ਰਹੇ ਆ USA ਵਾਲੇ, ਵਾਹ ਜੀ ਵਾਹ, ਲਓ ਜੀ ਆਨੰਦ। ਇੱਧਰ ਦੇਖੋ ਜੀ ਪਹਾੜੀਆਂ ਹੈ, ਪਹਾੜੀ ਜੀ ਆਨੰਦਪੁਰ ਸਾਹਿਬ ਹੈ ਜੀ। ਅਤੇ ਤੁਹਾਨੂੰ ਥੋੜ੍ਹੀ ਜਿਹੀ ਜ਼ੂਮ ਕਰਕੇ ਦਿਖਾਉਂਦੇ ਹਾਂ, ਪੂਰੀ ਜ਼ੂਮ ਹੋ ਨਹੀਂ ਰਹੀ। ਆਹ ਦੇਖ ਸਕਦੇ ਹੋ ਜੀ ਇਹ ਗੁਰਦੁਆਰਾ ਸਾਹਿਬ ਹੈ ਜੀ। ਆਹ ਜਿਹੜਾ ਥੋੜ੍ਹਾ ਜਿਹਾ ਵਿਚਾਲੇ ਦਿਖ ਰਿਹਾ ਕਿਉਂਕਿ ਜ਼ੂਮ ਬੜੀ ਕੀਤੀ ਆ ਅਤੇ ਉਸ ਕਾਰਨ ਦਿਖ ਨਹੀਂ ਰਿਹਾ। ਸੋ ਇਹ ਆਨੰਦਪੁਰ ਸਾਹਿਬ ਦਾ ਏਰੀਆ ਹੈ ਜੀ। ਚਲੋ ਜੀ ਬੱਸਾਂ ਆ ਰਹੀਆਂ ਨੇ, ਵਾਹ ਜੀ ਵਾਹ ਜੀ। ਕਨੈਕਸ਼ਨ ਵਾਰੀ ਵਾਰੀ ਸਲੋ ਹੋ ਜਾਂਦਾ, ਵੀਕ ਹੋ ਜਾਂਦਾ। ਲਓ ਜੀ ਆਨੰਦ, ਵਾਹ ਜੀ ਵਾਹ, ਬੜੇ ਸਿੰਘ ਜੁੜ ਰਹੇ ਆ ਜੀ। ਸੋ ਇਹ ਨੇ ਆਨੰਦਪੁਰ ਸਾਹਿਬ ਜੀ ਦੇ ਨਜ਼ਾਰੇ, ਸਾਹਮਣੇ ਆਨੰਦਪੁਰ ਸਾਹਿਬ, ਇਹ ਪਹਾੜੀਆਂ ਦਾ ਰਸਤਾ। ਵਾਹ ਜੀ ਵਾਹ, ਕਿ ਰਸਤਾ ਬਹੁਤ ਬੜਾ ਸੋਹਣਾ ਮੌਸਮ ਹੋਇਆ ਪਿਆ, ਬਾਹਰ ਠੰਡੀ ਠੰਡੀ ਹਵਾ ਚੱਲ ਰਹੀ ਆ ਅਤੇ ਤਾਜ ਹੋਟਲ ਬਣ ਰਿਹਾ ਜੀ, ਤਿਆਰ ਹੋ ਰਿਹਾ, ਉਹ ਸਾਰੀ ਚੱਲ ਰਹੀ ਆ। ਅਗਲੇ ਸਾਲ ਤੱਕ ਇਹ ਤਿਆਰ ਹੋ ਕੇ ਪੂਰਾ ਮਹੂਰਤ ਹੋ ਜਾਣਾ ਅਤੇ ਬਾਕੀ ਰਾਜਸਥਾਨ 'ਚ ਤਾਂ ਇਸ ਵੇਲੇ ਹੁਣ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਅਤੇ ਇਸ ਪਾਸੇ ਬਹੁਤ ਵਧੀਆ ਠੰਡਾ ਇਲਾਕਾ ਹੋਇਆ। ਵਾਹ ਜੀ ਵਾਹ, ਬੜੇ ਗੁਰਮੁਖ ਪਿਆਰੇ ਜੁੜ ਰਹੇ ਆ ਜੀ ਨਾਲ। ਵਾਹ ਜੀ ਵਾਹ, ਪੁੱਛਣਾ ਪੈਣਾ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਚੰਡੀਗੜ੍ਹ ਭਾਜੀ ਆਨੰਦਪੁਰ ਸਾਹਿਬ ਨੂੰ ਹੈ, ਥੈਂਕ ਯੂ ਜੀ। ਸਿੱਧਾ ਹੀ ਆ, ਮੈਂ ਤੈਨੂੰ ਕਿਹਾ ਸੀ ਨਾ, ਮੈਂ ਸਿੱਧਾ ਹੀ ਇੱਧਰ ਦਾ ਹੋਰ ਕੁਛ ਨਹੀਂ ਇਹਨੂੰ ਦੇ ਪਰਚੀ ਕੋਲ ਵਾਲੇ।